ਜਿਹੜੀ ਨਵੀਂ ਪਾਲਿਸੀ ਕਾਂਗਰਸ ਨੇ ਬਣਾ ਲਈ ਚਿਹਰਾ ਬਦਲੋ ਤੇ ਲੁੱਟੋ 5 ਸਾਲ ਦੇ ਲਈ ਪੰਜਾਬੀਆਂ ਨੂੰ ਧੋਖੇ ਦੇ ਨਾਲ ਠੱਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਠੱਗੀ ਦੇ ਨਾਲ ਪੰਜਾਬੀਆਂ ਦੀਆਂ ਵੋਟਾਂ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਦੂਜੀ ਗੱਲ ਕੀਤੀ ਕਿ ਅਸੀਂ ਪਾਣੀ ਦੇ ਬਿੱਲ ਜਿਹੜੇ ਆ ਉਹ 50 ਰੁਪਏ ਕਰ ਦਿੱਤੇ ਆ ਮੈਂ ਆ ਪਾਣੀ ਦੇ ਬਿੱਲ ਦਾ ਵੀ ਰਿਪੋਰਟ ਕਾਰਡ ਲੈ ਕੇ ਚੰਨੀ ਸਾਹਿਬ ਕਹਿੰਦੇ ਕਿ ਮੈਂ ਮੇਰਾ ਨਾਮ ਐਲਾਨਜੀਤ ਨਾ ਰੱਖੋ ਮੇਰਾ ਨਾਮ ਵਿਸ਼ਵਾਸਜੀਤ ਆ ਪਰ ਵਿਸ਼ਵਾਸ ਤਾਂ ਉਹਨਾਂ ਨੂੰ ਉਹਨਾਂ ਦੇ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਹੈ ਪੰਜਾਬ ਦੇ ਵਿੱਚ ਨਸ਼ੇ ਦੇ ਕਾਰਨ ਅੱਜ ਬੱਚੇ ਸਾਡੇ ਫਿਰ ਜਿਹੜੇ ਨਸ਼ੇ ਨਾਲ ਮਰ ਰਹੇ ਆ ਅੱਜ ਬੱਚੇ ਸਾਡੇ ਬੇਰੁਜ਼ਗਾਰੀ ਦੇ ਕਾਰਨ ਫਿਰ ਨਸ਼ੇ ਦੀ ਭੇਟ ਚੜ੍ਹ ਰਹੇ ਆ ਅੱਜ ਉਹਦਾ ਐਲਾਨ ਕੀਤਾ ਕਿਹੜਾ ਵੱਡਾ ਮਗਰਮੱਛ ਇਹਨਾਂ ਨੇ ਫੜਿਆ दिल्ली का बजट 26,000 करोड़ तो 70,000 करोड़ तक लैके जाने वाले और कितने वो लोग जेडे माफिया की सरप्रस्ती करते हैं कितने वो लोग जेडे पंजाब में 3 लाख कर्जे के डबो देते हैं उन्हों का मुकाबला साढ़े नाल की हो रहा है नहीं संघर्ष चल रहा है तो उदो सिरसा साहब जेडे आ बड़ी बड़ी उची आवाज के जोड़ा आ करते और उन्होंने काफ़ी वीडियो भी वायरल हो रही जिद कह रहे हैं कि मेरा BJP के नाल कोई भी साठ गांठ नहीं है या नेड़े नहीं है सब का बहुत बहुत धन्यवाद अज की इस प्रेस कॉन्फ्रेंस का जोड़ा मुख मुद्दा है कि जो कांग्रेस की पंजाब गवर्नमेंट बनी लगभग 5 साल का समा पूरा हो चुका इस समय के कांग्रेस पार्टी ने पंजाबियों रज के लुटिया भी तो रज के कुटिया भी पर हूँ जो चोणा नेड़े आ गई तो चोणा नेड़े आन करके जो देखिया कि हम कोई काम तो लोगों के लैके जाने है नहीं तो पंजाब नूं दुबारा तो लुट्टण लई दुबारा तो ठगण दे लई एक रणनीति के तहत एक नीति के तहत जिहड़ी नवीं पॉलिसी कांग्रेस ने बना ली चेहरा बदलो तो लुट्टो चेहरा बदलिया हुण 70 दिन का रिपोर्ट कार्ड पेश किया गया सिर्फ 72 दिन का रिपोर्ट कार्ड पेश किया गया कि जिहड़ी कांग्रेस की सारी कैबिनेट है मुख्यमंत्री साहब है ਇਹ ਪੰਜਾਬ ਨੂੰ ਜਵਾਬ ਦੇਣਗੇ ਕਿ 72 ਦਿਨ ਤੋਂ ਪਹਿਲਾਂ ਪੰਜਾਬ ਦੇ ਵਿੱਚ ਕੀ ਕਿਸੇ ਹੋਰ ਪਾਰਟੀ ਦੀ ਸਰਕਾਰ ਸੀਗੀ ਕੀ 72 ਦਿਨ ਤੋਂ ਪਹਿਲਾਂ ਪੰਜਾਬ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਸੀਗੀ ਇੱਥੇ ਬਸ ਨਹੀਂ ਜਿਹੜਾ ਮੇਨ ਮੁੱਦਾ ਜਿਹਦੇ ਲਈ ਅਸੀਂ ਅੱਜ ਤੁਹਾਨੂੰ ਕਸ ਦਿੱਤਾ ਤੁਹਾਨੂੰ ਬੁਲਾਇਆ ਉਹ ਹੈ ਕਿ ਇਹ ਜਿਹੜਾ 72 ਦਿਨ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ ਇਸ ਰਿਪੋਰਟ ਕਾਰਡ ਦੇ ਵਿੱਚ ਜਿਹੜੇ ਐਲਾਨ ਕੀਤੇ ਜਾ ਰਹੇ ਨੇ ਉਹਨਾਂ ਐਲਾਨਾਂ ਦੇ ਨਾਲ ਇੱਕ ਵਾਰ ਫਿਰ ਤੋਂ ਅਗਲੇ 5 ਸਾਲ ਦੇ ਲਈ ਪੰਜਾਬੀਆਂ ਨੂੰ ਧੋਖੇ ਦੇ ਨਾਲ ਠੱਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਠੱਗੀ ਦੇ ਨਾਲ ਪੰਜਾਬੀਆਂ ਦੀਆਂ ਵੋਟਾਂ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਸਾਹਿਬ ਦਾ ਫਲੈਕਸ ਲੱਗਿਆ ਹੁੰਦਾ ਕਿ ਰੇਤ ਮਾਫੀਆ ਖਤਮ ਉਹਦੇ ਸਾਹਮਣੇ ਜਿਹੜੀ ਹੈ ਬੜੇ ਅੰਨਾ ਤੋਂ ਨਜਾਇਜ਼ ਮਾਈਨਿੰਗ ਹੋ ਰਹੀ ਹੁੰਦੀ ਹੈ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਦਾ ਵੱਡੀ ਫੋਟੋ ਲਾ ਕੇ ਅੱਜ ਫਲੈਕਸ ਲੱਗਿਆ ਹੁੰਦਾ ਬੇਰੁਜ਼ਗਾਰੀ ਖਤਮ ਕੀ ਰੁਜ਼ਗਾਰ ਸੀ ਬਹੁਤ ਦੇ ਦਿੱਤਾ 30 ਲੱਖ ਨੌਕਰੀਆਂ ਦੇ ਦਿੱਤੀਆਂ ਦੂਜੇ ਪਾਸੇ ਸਾਡੇ ਬੇਰੁਜ਼ਗਾਰ ਸਾਥੀ ਟੈਂਕੀਆਂ ਦੇ ਉੱਪਰ ਤੇਲ ਦੀਆਂ ਬੋਤਲਾਂ ਲੈ ਕੇ ਖੁਦਕੁਸ਼ੀ ਕਰਨ ਦੇ ਲਈ ਚੜੇ ਹੁੰਦੇ ਆ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਐਲਾਨ ਕਰ ਰਹੇ ਨੇ ਕਿ ਅਸੀਂ ਜਿਹੜੀਆਂ ਲੁੱਟ ਕਰਨ ਵਾਲੀਆਂ ਕਾਰਪੋਰੇਟ ਕੰਪਨੀਆਂ ਭਜਾ ਦਿੱਤੀਆਂ ਤੇ ਬਿਜਲੀ ਦੇ ਬਿੱਲ ਜਿਹੜੇ ਪੰਜਾਬ ਦੇ ਵਿੱਚ 0 ਹੋ ਗਏ ਪਰ ਦੂਜੇ ਪਾਸੇ ਅੱਜ ਵੀ ਪੰਜਾਬੀਆਂ ਨੂੰ ਬਿਜਲੀ ਦੇ ਬਿੱਲ ਜਿਹੜੇ ਆ ਉਹ ਉਤਾਰਨ ਦੇ ਲਈ ਲੋਨ ਲੈਣੇ ਪੈ ਰਹੇ ਆ ਕਰਜ਼ੇ ਲੈਣੇ ਪੈ ਰਹੇ ਆ ਪਰ ਆਮ ਆਦਮੀ ਪਾਰਟੀ ਵਿਰੋਧੀ ਧਿਰ ਹੋਣ ਦੇ ਨਾਤੇ ਪੰਜਾਬੀਆਂ ਨੂੰ ਇਹਨਾਂ ਦੇ ਕੋਲ ਠੱਗ ਨਹੀਂ ਹੋਣ ਦੇਵੇਗੀ ਔਰ ਇਹਨਾਂ ਦੇ ਹਰ ਝੂਠ ਦਾ ਪਰਦਾ ਫਾਸ਼ ਤੁਹਾਡੇ ਮੀਡੀਆ ਦੇ ਰਾਹੀਂ ਵੀ ਔਰ ਲੋਕਾਂ ਦੇ ਵਿੱਚ ਜਾ ਕੇ ਹਰ ਵੇਲੇ ਕਰਦੀ ਰਹੇਗੀ ਔਰ ਅੱਜ ਵੀ ਇਹਨਾਂ ਦੇ ਐਸੇ ਇੱਕ ਝੂਠ ਦਾ ਖੁਲਾਸਾ ਕਰਨ ਦੇ ਲਈ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਜਿਹੜਾ ਸਭ ਤੋਂ ਵੱਡਾ ਝੂਠ ਪੰਜਾਬੀਆਂ ਦੇ ਨਾਲ ਕੱਲ੍ਹ ਮੁੱਖ ਮੰਤਰੀ ਚਰਨਜੀਤ ਚੰਨੀ ਹੋਣਾ ਨੇ ਬੋਲਿਆ ਐਲਾਨ ਮੰਤਰੀ ਸਾਹਿਬ ਨੇ ਬੋਲਿਆ ਉਸ ਝੂਠ ਨੂੰ ਅੱਜ ਪੰਜਾਬ ਦੇ ਸਾਹਮਣੇ ਨੰਗਾ ਕਰਨ ਦੇ ਲਈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਜਿੱਥੇ ਸਾਡੀ ਪਾਰਟੀ ਦੇ ਬੁਲਾਰੇ ਨੀਲ ਗਰਗ ਜੀ ਮੌਜੂਦ ਨੇ ਉੱਥੇ ਹੀ ਇਸ ਝੂਠ ਨੂੰ ਤੁਹਾਡੇ ਸਾਹਮਣੇ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਸਾਹਮਣੇ ਰੱਖਣਗੇ ਸਾਡੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਾ ਮੀਡੀਆ ਦੇ ਸਾਥੀਆਂ ਦਾ ਤੁਸੀਂ ਸਾਰੇ ਜਾਣਦੇ ਹੋ ਕਿ ਚੰਨੀ ਸਾਹਿਬ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਉਹ ਹਰ ਰੋਜ਼ ਜਿਹੜੇ ਆ ਵੱਖ ਵੱਖ ਐਲਾਨ ਕਰ ਰਹੇ ਆ ਔਰ ਉਹਨਾਂ ਐਲਾਨਾਂ ਦੀ ਕੀ ਸੱਚਾਈ ਹੈ ਅਸੀਂ ਸਾਰੇ ਜਿਹੜੇ ਹਾਂ ਉਹ ਚੰਗੀ ਤਰ੍ਹਾਂ ਜਾਣੂ ਹਾਂ ਉਹਨਾਂ ਨੇ ਕੱਲ੍ਹ 70-72 ਦਿਨ ਦਾ ਜਿਹੜਾ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਜਦੋਂ ਕਿ ਉਹਨਾਂ ਦਾ ਜਿਹੜਾ ਆਪਣਾ ਮੈਨੀਫੈਸਟੋ ਸੀਗਾ
ਉਹ ਉਹਨਾਂ ਨੇ 2017 ਤੋਂ ਲੈ ਕੇ 2022 ਤੱਕ ਦਾ ਸੀਗਾ ਜਿਹੜਾ ਕਾਂਗਰਸ ਸਰਕਾਰ ਦਾ ਸੀਗਾ। ਉਸ ਮੈਨੀਫੈਸਟੋ ਦੇ ਉੱਤੇ ਉਹਨਾਂ ਨੇ 3-4 ਫੋਟੋ ਵੀ ਲਾਈਆਂ ਸਨ। ਉਹ ਫੋਟੋਆਂ ਦੇ ਵਿੱਚੋਂ ਸਿਰਫ ਇੱਕ ਕੈਪਟਨ ਅਮਰਿੰਦਰ ਸਿੰਘ ਜੀ ਦੀ ਫੋਟੋ ਗਾਇਬ ਆ, ਬਾਕੀ ਤਾਂ ਉਹਨਾਂ ਦੀ ਸਰਕਾਰ ਸਾਰੀ, ਉਹਨਾਂ ਦੇ ਸਾਰੇ MLA ਸਹਿਬਾਨ, ਸਾਰੇ ਮੰਤਰੀ ਸਹਿਬਾਨ, ਜਿਹੜੀ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਹੈ ਉਹ ਤਾਂ ਕਾਂਗਰਸ ਦੀ ਵਿੱਚੇ ਮੌਜੂਦ ਹੈ। ਕਿ ਪੰਜਾਬ ਦੇ ਜਿਹੜੇ 5 ਸਾਲ ਬੀਤੇ ਨੇ ਉਹਨਾਂ 5 ਸਾਲਾਂ ਦਾ ਕਾਂਗਰਸ ਲੋਕਾਂ ਨੂੰ ਆਪਣਾ ਰਿਪੋਰਟ ਕਾਰਡ ਪੇਸ਼ ਨਹੀਂ ਕਰੇਗੀ। ਚੰਨੀ ਸਾਹਿਬ ਨੇ ਕੱਲ ਇੱਕ ਬਿੱਲ ਪੇਸ਼ ਕੀਤਾ, ਬਿਜਲੀ ਦਾ ਬਿੱਲ, ਜਿਹਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਪੰਜਾਬ ਦੇ ਬਿਜਲੀ ਦੇ ਬਿੱਲ ਜਿਹੜੇ ਆ ਉਹ 0 ਆਇਆ। ਪਰ ਸੱਚਾਈ ਇਹਦੇ ਵਿੱਚ ਇਹ ਆ ਕਿ ਜਿਹੜਾ ਕੱਲ ਉਹਨਾਂ ਨੇ ਬਿੱਲ ਪੇਸ਼ ਕੀਤਾ ਉਹ ਜਿਹੜੀ ਪਹਿਲਾਂ ਹੀ ਸਕੀਮ ਚੱਲੀ ਆ ਰਹੀ ਆ ਪਿਛਲੀ ਕਾਫੀ ਸਮੇਂ ਤੋਂ SC BC ਪਰਿਵਾਰਾਂ ਦੇ ਲਈ, ਜਿਹਦੇ ਵਿੱਚ 1 ਕਿਲੋਵਾਟ ਤੱਕ ਦਾ ਜਿਹੜਾ ਲੋਡ ਜਿਹੜਾ ਬਿਜਲੀ ਦਾ ਬਿੱਲ ਮਾਫ ਸੀਗਾ, ਸਿਰਫ ਉਹ ਦਿਖਾਇਆ ਗਿਆ ਸੀ। ਪਰ ਚੰਨੀ ਸਾਹਿਬ ਨੇ ਤਾਂ ਐਲਾਨ ਕੀਤਾ ਸੀ ਕਿ 2 ਕਿਲੋਵਾਟ ਤੱਕ ਦੇ ਮੈਂ ਸਾਰੇ ਬਿੱਲ ਮਾਫ ਕਰ ਦਿੱਤੇ ਆ। ਜੇਕਰ ਸੱਚਾਈ ਸੀ ਤਾਂ ਚੰਨੀ ਸਾਹਿਬ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ, ਜਿਹਨਾਂ ਨੂੰ ਅੱਜ ਕੱਲ੍ਹ ਲੋਕ ਐਲਾਨਜੀਤ ਵੀ ਕਹਿ ਰਹੇ ਨੇ, ਉਹਨਾਂ ਨੂੰ ਉਹ ਬਿੱਲ ਦਿਖਾਉਣਾ ਚਾਹੀਦਾ ਸੀ ਜਿਹੜੇ ਬਿੱਲ ਉਹਨਾਂ ਨੇ 2 ਕਿਲੋਵਾਟ ਤੱਕ ਦੀ ਗੱਲ ਕੀਤੀ ਆ। ਉਹਨਾਂ ਨੇ ਗੱਲ ਕੀਤੀ ਸੀ ਕਿ ਅਸੀਂ SC ਪਰਿਵਾਰਾਂ ਦੇ, BC ਪਰਿਵਾਰਾਂ ਦੇ, ਜਨਰਲ ਪਰਿਵਾਰਾਂ ਦੇ ਵੀ ਪੁਰਾਣੇ ਬਕਾਇਆ ਮਾਫ ਕਰ ਦਿੱਤੇ ਆ ਔਰ 2 ਕਿਲੋਵਾਟ ਤੱਕ ਦੇ ਜਿਹੜੇ ਬਿੱਲ ਆ ਉਹ ਮਾਫ ਕਰ ਦਿੱਤੇ ਆ। ਮੈਂ ਜਿਹੜਾ ਅੱਜ ਬਿੱਲ ਲੈ ਕੇ ਆਇਆ ਤੁਹਾਡੇ ਕੋਲ, ਇਹ ਇਹਨਾਂ ਦਾ ਉਸ ਸ਼ਖਸ ਦਾ ਬਿੱਲ ਹੈ ਜੋ ਕਿ ਇੱਕ ਗਰੀਬ ਔਰ SC ਪਰਿਵਾਰ ਦੇ ਨਾਲ ਸੰਬੰਧ ਰੱਖਦਾ, ਜਿਹਦਾ ਬਿਜਲੀ ਦਾ ਬਿੱਲ ਪੁਰਾਣਾ ਬਕਾਇਆ 7000 ਰੁਪਇਆ ਹੈ ਔਰ ਉਹ ਬੰਦਾ ਸ਼ਖਸ ਜਿਹੜਾ ਆ ਪਿਛਲੇ ਕਾਫੀ ਲੰਬੇ ਸਾਲਾਂ ਤੋਂ ਮੰਜੇ ਦੇ ਉੱਤੇ ਬਿਮਾਰੀ ਦੇ ਕਾਰਨ ਜਿਹੜਾ ਪਿਆ, ਘਰ ਵਿੱਚ ਕੋਈ ਵੀ ਜੀ ਜਿਹੜਾ ਕਮਾਉਣ ਵਾਲਾ ਨਹੀਂ ਹੈ, ਉਹਦੇ 2 ਬੱਚੇ ਨੇ ਜਿਹਨਾਂ ਨੂੰ ਅਸੀਂ ਔਖੇ ਸੌਖੇ ਹੋ ਕੇ ਸਾਡੇ ਜਿਹੜੇ ਉੱਥੋਂ ਦੇ ਸਾਡੇ ਜਿਹੜੇ ਪਾਰਟੀ ਦੇ ਵਰਕਰ ਨੇ ਆਪਣੇ ਸਾਥ ਦੇ ਨਾਲ ਉਹ ਬੱਚਿਆਂ ਨੂੰ ਪੜ੍ਹਾ ਰਹੇ ਨੇ। ਉਹਨੂੰ ਨਵਾਂ ਬਿੱਲ ਆਇਆ 7800 ਰੁਪਏ ਦਾ, ਜਿਹਦੇ ਕਿ ਮੈਂ ਅੱਜ ਨਾਲ ਲੈ ਕੇ ਆਇਆ। ਚੰਨੀ ਸਾਹਿਬ ਤਾਂ ਕਹਿੰਦੇ ਸੀ ਕਿ ਅਸੀਂ ਜਨਰਲ ਪਰਿਵਾਰਾਂ ਦੇ ਵੀ ਜਿਹੜੇ ਬਿੱਲ ਮਾਫ ਕਰ ਦਿੱਤੇ ਆ, ਪਰ ਮੈਂ ਉਸ ਬਿੱਲ ਦੀ ਗੱਲ ਕਰ ਰਿਹਾ ਜਿਹੜੇ SC ਪਰਿਵਾਰਾਂ ਨਾਲ ਸੰਬੰਧਿਤ ਆ। ਜਦੋਂ SC ਪਰਿਵਾਰ ਦਾ ਨਹੀਂ ਕੀਤਾ ਤਾਂ ਜਨਰਲ ਦੇ ਕਿਹੜੇ ਪਰਿਵਾਰ ਦਾ ਅੱਜ ਤੱਕ ਕਰ ਦਿੱਤਾ ਗਿਆ ਆ। ਉਹਨਾਂ ਨੇ ਦੂਜੀ ਗੱਲ ਕੀਤੀ ਕਿ ਅਸੀਂ ਪਾਣੀ ਦੇ ਬਿੱਲ ਜਿਹੜੇ ਆ ਉਹ 50 ਰੁਪਏ ਕਰ ਦਿੱਤੇ ਆ। ਮੈਂ ਆਹ ਪਾਣੀ ਦੇ ਬਿੱਲ ਦਾ ਵੀ ਰਿਪੋਰਟ ਕਾਰਡ ਲੈ ਕੇ ਆਇਆ ਜਿਹਦੇ ਵਿੱਚ ਪੁਰਾਣੇ ਬਕਾਇਆ ਪਾਣੀ ਦੇ ਬਿੱਲ ਨਾਲ ਲੱਗ ਕੇ ਆਏ ਔਰ ਨਵੇਂ ਬਿੱਲ ਵੀ ਜਿਹੜੇ ਆਏ ਆ। ਅੱਜ ਚੰਨੀ ਸਾਹਿਬ ਕਹਿੰਦੇ ਕਿ ਮੈਂ ਮੇਰਾ ਨਾਮ ਐਲਾਨਜੀਤ ਨਾ ਰੱਖੋ, ਮੇਰਾ ਨਾਮ ਵਿਸ਼ਵਾਸਜੀਤ ਆ। ਪਰ ਵਿਸ਼ਵਾਸ ਤਾਂ ਉਹਨਾਂ ਨੂੰ ਉਹਨਾਂ ਦੇ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਹੈ, ਜਿਹੜੇ ਉਹਨਾਂ ਦੀ ਸਟੇਜ ਦੇ ਉੱਤੇ ਉਹਨਾਂ ਨੂੰ ਚੈਲੰਜ ਕਰਦੇ ਆ ਕਿ ਰੇਤਾ 5 ਰੁਪਏ ਨਹੀਂ ਵਿਕ ਰਿਹਾ। ਅੱਜ ਉਹਨਾਂ ਨੂੰ ਐਲਾਨ ਕੇ ਜੀਤ ਜੀ ਨੂੰ ਕਹਿ ਰਹੇ ਨੇ ਉਹਨਾਂ ਦੇ ਹੀ ਪਾਰਟੀ ਦੇ ਪ੍ਰਧਾਨ ਕਿ 100 ਰੁਪਏ ਜਿਹੜੀ ਕੇਬਲ ਆ ਉਹ ਨਹੀਂ ਹੋ ਸਕਦੀ। ਉਹਨਾਂ ਦੇ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਉਹੀ ਉਹਨਾਂ ਦੇ ਵਾਰ ਵਾਰ ਸਵਾਲ ਚੁੱਕ ਰਹੇ ਨੇ ਔਰ ਪੰਜਾਬ ਦੇ ਲੋਕ ਇਹ ਸਵਾਲ ਉਹਨਾਂ ਦੇ ਪੁੱਛ ਰਹੇ ਨੇ ਕਿ ਜੇਕਰ ਤੁਸੀਂ ਤਾਂ ਗੱਲਾਂ ਤਾਂ ਕਰਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਦੇ ਨਾਲ ਰਲ ਗਏ ਨੇ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜੀ ਹੈ ਉਹਦਾ ਕਹਿੰਦੇ ਇਨਸਾਫ ਨਹੀਂ ਤਾਂ ਅਸੀਂ ਲੈ ਕੇ ਆਵਾਂਗੇ, ਕੱਲ੍ਹ ਕਿੱਥੇ ਗਈ ਗੱਲ ਉਹਨਾਂ ਦੀ। ਪੰਜਾਬ ਦੇ ਵਿੱਚ ਨਸ਼ੇ ਦੇ ਕਾਰਨ ਅੱਜ ਬੱਚੇ ਸਾਡੇ ਫਿਰ ਜਿਹੜੇ ਨਸ਼ੇ ਨਾਲ ਮਰ ਰਹੇ ਆ, ਅੱਜ ਬੱਚੇ ਸਾਡੇ ਬੇਰੁਜ਼ਗਾਰੀ ਦੇ ਕਾਰਨ ਫਿਰ ਨਸ਼ੇ ਦੀ ਭੇਂਟ ਚੜ੍ਹ ਰਹੇ ਆ। ਅੱਜ ਉਹਦਾ ਐਲਾਨ ਕਿੱਥੇ ਗਿਆ, ਕਿਹੜਾ ਵੱਡਾ ਮਗਰਮੱਛ ਇਹਨਾਂ ਨੇ ਫੜਿਆ। ਅੱਜ ਜ਼ਰੂਰਤ ਹੈ ਚੰਨੀ ਸਾਹਿਬ ਨੂੰ ਕਿ ਉਹ ਸਿਰਫ ਐਲਾਨ ਨਾ ਕਰਨ, ਪੰਜਾਬ ਦੇ ਲੋਕਾਂ ਦੇ ਲਈ ਜਿਹੜੇ ਉਹਨਾਂ ਨੇ ਗੱਲਾਂ ਕੀਤੀਆਂ ਨੇ ਉਹਦੇ ਇੰਪਲੀਮੈਂਟ। ਧੰਨਵਾਦ। ਦੇਖੋ ਅਲਕਾ ਲਾਂਬਾ ਜਿਹੜੀ ਕਾਂਗਰਸ ਦੀ ਬਹੁਤ ਵੱਡੀ ਨੇਤਾ ਹੈਗੀ ਹੈ, ਠੀਕ ਹੈ ਨਾ, ਕਾਫੀ ਇੰਟੈਲੀਜੈਂਟ ਹੈ, ਜੋ ਪੰਜਾਬ ਦੇ ਵਿੱਚ ਆਈ ਹੈ ਉਹ ਸਾਡੇ ਤੇ ਤੋਹਮਤਬਾਜ਼ੀ ਲਾਉਣ ਤੋਂ ਪਹਿਲਾਂ ਉਹ ਪੰਜਾਬ ਦਾ ਹਾਲਾਤ ਦੇਖ ਲਏ। ਅਸੀਂ ਤਾਂ 1 ਲੱਖ ਜਿਹੜੇ ਬਿੱਲ ਸੀ ਉਹ ਲੋਕਾਂ ਦੀ ਕਚਹਿਰੀ ਦੇ ਵਿੱਚ ਪੇਸ਼ ਕਰ ਦਿੱਤੇ। ਉਹਨਾਂ ਦਾ ਤਾਂ ਮੁੱਖ ਮੰਤਰੀ ਨਵਾਂ ਨਵਾਂ ਬਣਿਆ, ਉਹਨੇ ਐਲਾਨ ਵੀ ਕੀਤਾ ਹੈਗਾ ਕਿ ਮੈਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਬਿੱਲ ਮਾਫ਼ ਕਰਤੇ। ਉਹਨਾਂ ਦੇ ਬਿੱਲਾਂ ਦੀ ਜਾਨੀ ਕਿ ਕਾਪੀ ਅਸੀਂ ਤੁਹਾਡੇ ਸਾਹਮਣੇ ਉਹ ਲੈ ਕੇ ਆਏ, ਤੁਹਾਨੂੰ ਸਾਹਮਣੇ ਦਰਸਾਈ ਦਿੱਤਾ ਹੈਗਾ। ਔਰ
दूसरी गल जी अलका लांबा जी ये कह रहे हैं कि असी झूठ बोल रहे हैं, वह तो दिल्ली की जनता ने 2020 दे विच भी दसता, असी तो अपना रिपोर्ट कार्ड पूरे 5 साल का लैके गए थे, उस रिपोर्ट कार्ड के विच दस्या सी असी कि असी बिजली फ्री की है, उस रिपोर्ट कार्ड च असी दस्या सी कि असी जिहड़े कि हैल्थ केयर सर्विस प्रोवाइड की फ्री की है, उस रिपोर्ट कार्ड च असी दस्या सी कि असी पानी फ्री किया, उस रिपोर्ट कार्ड के विच असी दस्या सी कि असी उत्थे करप्शन नूं बंद किया है, तो उस रिपोर्ट कार्ड के आधार के उत्ते लोगों ने सानू दोबारा फिर 62 वोटां दित्तियां और इन्हां दी फिर अपनी उत्थे जमानत जब्त हो गई सी। जे इन्हां दी गल्लां दे विच इन्नी सच्चाई सी तां दिल्ली जिथे रहिंदे हैगे आ, दिल्ली जिथे देश दी राजधानी हैगी है, उत्थे लगातार 2 वारी जीरो तो क्यों ने, उत्थे क्यों इह लोक सभा दे विच जीरो ने, ते क्यों उत्थे जिहड़ा हैगा अलका लांबा जी दी अपनी जिहड़ी जमानत जब्त हो गई। इत्थे तां एम्प्लॉयमेंट दी गल कीती जा रही है, दिल्ली च तीन गुणा ज्यादा बेरोजगारी है, पर ओह सब ही पंजाब आ गए। मैं फिर यही आखांगा ओह साडा फिक्र करन दी बजाए दिल्ली दा फिक्र ना करन, जे दिल्ली च बेरोजगारी दी इन्नी बेरोजगार धरना प्रदर्शन करते मिल जाएंगे, टैंकियों के चढ़े हुए मिल जाएंगे। बीबी जिहड़ी कि अलका लांबा नूं असीं बेनती करते हैं वह दिल्ली का फिक्र छड्ड के जे पंजाब आए तो घट्टो घट्ट उन्हां दी जिथे वह हड़ताल से बैठे धरना प्रदर्शन कर रहे हैं उत्थे जाके एक बारी गेड़ा जरूर मार। प्रगट सिंह जी कहिंदे कि उन्हां दो तीन बार फोन आ गए दिल्ली तो कि 22,000 गैस फैसिलिटी कहिंदे साडे धरने विच आ के शमूलियत करो। देखो फिर मैं एक गल आखांगा भी जिन्हां कोले फोन आ गए हैं तो जाते क्यों नहीं धरने के विच, बिल्कुल जाण उत्थे जिथे धरने लगे हुए हैं, असीं तां कहिंदे आ लेकिन जे उत्थे धरने लगे होण जाण तां तां झूठ दे कदे पैर हुंदे आ। पहला इन्होंने चैलेंज किया कि असी उन्होंने आख्या कि साडा असी सिक्ख्या दे विच बड़ा जनी क्रांतिकारी चेंज जी दिल्ली दे विच लैके आए हाँ, तो इन्होंने आख्या असी क्या भी 10 जिहड़े हैगे बेस्ट स्कूल तुसी दिओ, 10 बेस्ट स्कूल असी दिंदे आ, तो उस तो बाद प्रगट सिंह होरां ने आख्या कि 10 नहीं 250 दा जनी कि स्कूलों का देने, असी तो लिस्ट जारी करती तो उन्हां दी लिस्ट तां अज भी नहीं आई, ठीक है ना, आउणी भी नहीं है। और दूसरे बन्ने जेकर मनीष सिसोदिया जी, असी तो सोचा सी कि मुख्यमंत्री का अपना एरिया वो तो शायद पंजाब दे भी सब तो बेस्ट स्कूल होणगे, जे उत्थे जांदे आ पहले स्कूल च असी पहुंचदे आ, दूजे स्कूल जाण तों पहला पहला जिहड़ा प्रगट सिंह होरी तां भूतपूर्व सिक्ख्या मंत्री होणगे, इन्हां नूं असीं जरूर उही स्कूल दुबारा बिल्कुल दिल्ली वालिआं नाल मुकाबला है ही नहीं, असीं तां आप कहिंदे आ साडा इन्हां नाल कोई मुकाबला नहीं, किथे राजा भोज किथे गंगू तेली किथे असीं जानी कि करप्शन नूं खत्म करन वाले, किथे असीं जानी कि खेतर सिक्ख्या दे खेतर दे विच जिहड़ा हैगा वड्डियां मल्लां मारन वाले, हैल्थ दे विच वड्डियां मल्लां मारन वाले, दिल्ली दा बजट 26,000 करोड़ तों 70,000 करोड़ तक लैके जाण वाले, और किथे ओह लोक जिहड़े माफिया की सरप्रस्ती करदे आ, किथे ओह लोक जिहड़े पंजाब नूं 3 लाख करजे दे विच डबो दिंदे आ, उहनां दा मुकाबला साडे नाल की हो सकदा। इक सवाल है कि सब तो वड्डे मुद्दा इलेक्शन विच की रहने वाला है, क्योंकि कुछ टाइम रह गया हुंदा, एक वड्डा इशू की लगदा तुहानूं जिहड़ा इस चुनाव नूं लैके जाएगा पंजाब दे विच? जेकर तुसीं मुद्दे दी गल करो, चन्नी साहब ने थां थां बोर्ड लवाए आ, उह कहिंदे चन्नी दी घर चले हर एक गल कि चन्नी करदा हर एक मसले का हल, पर मैं जिहड़ी गल कहनी चाहुंदा कि पंजाब दे मुद्दे अज उही खड़े ने जिहड़े 5 साल पहलां सीगे। एको गल अज पंजाब दे लोकां विच चल रही है, क्योंकि 3-4 दिन पहला जदों मुख्यमंत्री साहब नवें नवें बने आ उदों लग्या सारिआं नूं कि उह कुछ करनगे, पर अज कंध ते लिखिआ चन्नी साहब पढ़ रहे आ जिहड़ा लोकां ने लिख दित्ता कि हर घर चले एको ही गल, चन्नी साहब है नहीं कोल किसे भी मसले का हल। अज जिहड़े किसानां दा मुद्दा ज्यों दा त्यों खड़ा, खुदकुशियां वध रहीआं ने, अज बेरोजगारी दे कारण जिहड़े आ वो बच्चे साढ़े नशियां वल जा रहे हैं, जा फिर जिहड़े बचे आ वह माड़े मोटे अपने घर बार जमीना जायदादां गहने बेच के एजेंटा के चक्कर फस के बाहर भजे हुए आ। अज पंजाब दे विच जिन्ना ही भी माफिया चल रहे सी, वह भावें रेत माफिया सी, भावें शराब माफिया सी, भावें होर जिन्ने भी पंजाब दे सरकार दे खजाने च पैसे जाने चाहिए सी, वह सारे जिहड़े उन्होंने प्लेयर्स के हाथ जा रहे जिहड़े सरकार की शह दे उत्ते चल रहे आ। पंजाब दे विच अज फिर उही मुद्दा, नशे का मुद्दा जिहड़ा आ, क्योंकि अज तक जिहड़ा आ कोई भी मसला हल नहीं होया, ज्यों दा त्यों पंजाब दे विच नशा जिहड़ा बरकरार है, पंजाब दे विच मुलाजमां दे जिन्ने मुद्दे सीगे वह सारे बरकरार ने, और उहदे नाल नाल पानी का मुद्दा जिहड़ा आ वह बड़ा गंभीर है कि पानी जिहड़ा पंजाब दा प्रदूषित हो जा रहा, साडी हवा प्रदूषित हो जा रही है, साडे बच्चे जिहड़े आ वह बेरोजगारी दे कारण जिहड़े आ मैं तुहानूं दस के हटिआ कि विदेशों वाल कूच कर जा रहे, पंजाब दे विच मुद्दे ही मुद्दे आ, और कोशिश करांगे कि सरकार आने से सब तो पहला जिहड़े हल किए जाए। दिनेश जी एक सवाल है कि बिजली बिल लैके तुसीं सारे हालांकि गल कर रहे हो,
ਬਿਜਲੀ ਦਾ ਬਿੱਲ ਜਿਹੜੇ ਸਰਕਾਰੀ ਮੀਟਰ ਲੱਗੇ ਹੋਏ ਨੇ, ਲੇਕਿਨ ਜਿਹੜੀ ਆਬਾਦੀ ਪ੍ਰਾਈਵੇਟ ਬਿਲਡਰਾਂ ਦੇ ਅੰਡਰ ਹੈ, ਰਜਿਸਟਰੀਆਂ ਤਾਂ ਸਰਕਾਰੀ ਹੋ ਗਈਆਂ, ਤਹਿਸੀਲਾਂ ਚ ਹੋ ਗਈਆਂ, ਬਿੱਲ ਉੱਥੇ 8 ਜਾਂ 10 ਰੁਪਏ ਯੂਨਿਟ ਆ ਰਹੇ ਨੇ। ਇਹ ਮਾਮਲਾ ਨੋਟਿਸ ਆਇਆ ਹੁਣੇ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਬਿਜਲੀ ਸਸਤੀ ਕਰਨ ਦਾ ਜਾਂ ਐਲਾਨ ਜਾਂ ਦਾਅਵਾ ਕੀਤਾ ਜਾ ਰਿਹਾ ਜਿਹੜਾ ਬਿਲਕੁਲ ਝੂਠਾ ਹੈ, ਦੂਜੇ ਪਾਸੇ ਦੋ ਤਰ੍ਹਾਂ ਦੀ ਲੁੱਟ ਜਿਹੜੀ ਕਰਵਾਈ ਜਾ ਰਹੀ ਹੈ, ਜਿਵੇਂ ਕਿ ਨੋਟਿਸ ਦੇ ਵਿੱਚ ਆਇਆ ਕਿ ਇੱਕ ਤਾਂ ਜਿਹੜੀ ਮਹਿੰਗੀ ਬਿਜਲੀ ਤਾਂ ਮਿਲਦੀ ਹੈ, ਉੱਪਰੋਂ ਜਿਹੜਾ ਬਿਲਡਰਾਂ ਵੱਲੋਂ ਅਲੱਗ ਉਹਨੂੰ ਹੋਰ ਫਲੈਟ ਰੇਟ 'ਤੇ ਵਧਾ ਕੇ ਜਿਹੜੇ ਕੰਜ਼ੂਮਰ ਜਾਂ ਉਹਨੂੰ ਦਿੱਤਾ ਜਾ ਰਿਹਾ, ਇਹ ਵੀ ਇੱਕ ਵੱਡੀ ਠੱਗੀ ਹੈ ਸਾਰੇ ਜਿਹੜੇ ਉੱਥੋਂ ਦੇ ਰੈਜੀਡੈਂਟਸ ਹੈ ਉਹਨਾਂ ਦੇ ਨਾਲ। ਸੋ ਇਸ ਸਰਕਾਰ ਤੋਂ ਤਾਂ ਇਹ ਕੋਈ ਉਮੀਦ ਰੱਖੀ ਨਹੀਂ ਜਾ ਸਕਦੀ ਕਿ ਇਸ ਠੱਗੀ ਠੋਰੀ ਨੂੰ ਜਿਹੜਾ ਬੰਦ ਕੀਤਾ ਜਾ ਸਕੇ। ਹੋ ਸਕਦਾ ਸਾਡੀ ਤੁਹਾਡੀ ਜਿਹੜਾ ਨਿਊਜ਼ ਦੇਖਣ ਤੋਂ ਬਾਅਦ ਉੱਥੇ ਚੰਨੀ ਜੀ ਫਲੈਕਸ ਜ਼ਰੂਰ ਲਾ ਦੇਣ ਇੱਕ ਕਿ ਬਿਲਡਰਾਂ ਵਾਲੀ ਬਿਜਲੀ ਵੀ ਸਸਤੀ ਕਰ ਦਿੱਤੀ ਗਈ ਚੰਨੀ ਜੀ ਵੱਲੋਂ, ਪਰ ਅਸਲੀ ਹੱਲ ਤਾਂ ਜਦੋਂ ਆਮ ਲੋਕਾਂ ਦੀ ਸਰਕਾਰ ਪੰਜਾਬ ਦੇ ਵਿੱਚ ਆਏਗੀ ਤਾਂ ਇਹ ਸਾਰੇ ਹੱਲ ਜਿਹੜੇ ਹੋ ਜਾਣਗੇ। ਸਿੱਧੂ ਮੂਸੇਵਾਲੇ ਨੂੰ ਅੱਜ ਕਾਂਗਰਸ ਦੇ ਵਿੱਚ ਸ਼ਾਮਲ ਕਰਵਾ ਲਿਆ ਗਿਆ, ਨੀਲ ਜੀ ਬਠਿੰਡਾ ਮਾਨਸਾ ਦੇ ਏਰੀਏ ਤੋਂ ਆਉਂਦੇ ਨੇ, ਕਿੱਡਾ ਵੱਡਾ ਚੈਲੰਜ ਦੇਖ ਰਹੇ ਹੋ ਔਰ ਕਿਵੇਂ ਲੱਗਦਾ ਕਿ ਇੱਕ ਨਾਮੀ ਚਿਹਰਾ ਕਾਂਗਰਸ 'ਚ ਸ਼ਾਮਲ ਹੋ ਗਿਆ? ਦੇਖੋ, ਜੇ ਅੱਜ ਕਾਂਗਰਸ ਨੂੰ ਐਸੇ ਸਿੰਗਰਾਂ ਦੀ ਜ਼ਰੂਰਤ ਪੈ ਰਹੀ ਹੈ ਜੁਆਇਨ ਕਰਨ ਵਾਸਤੇ, ਤਾਂ ਇਹ ਸਮਝ ਲੈਣਾ ਚਾਹੀਦਾ ਕਿ ਪਿਛਲੇ 5 ਸਾਲਾਂ ਦੇ ਵਿੱਚ ਗਰਾਊਂਡ ਦੇ ਉੱਤੇ ਕੁਛ ਹੋਇਆ ਨਹੀਂ। ਔਰ ਦੂਸਰਾ ਗੱਲ, ਪੰਜਾਬ ਦੇ ਲੋਕਾਂ ਦਾ ਇਹੋ ਜਿਹੇ ਸੈਲੀਬ੍ਰਿਟੀਜ਼ ਦੇ ਨਾਲ ਕੋਈ ਜਾਣੀ ਕਿ ਬਹੁਤਾ ਵਧੀਆ ਐਕਸਪੀਰੀਅੰਸ ਵੀ ਨਹੀਂ ਰਿਹਾ। ਗੁਰਦਾਸਪੁਰ ਦੇ ਲੋਕਾਂ ਨੇ ਬੜੇ ਚਾਅ ਦੇ ਨਾਲ ਸੰਨੀ ਦਿਓਲ ਨੂੰ ਉੱਥੋਂ ਦਾ MP ਬਣਾ ਕੇ ਭੇਜਿਆ ਸੀ, ਅੱਜ ਹਾਲਾਤ ਉੱਥੇ ਕੀ ਅਸੀਂ ਸਾਰੇ ਜਾਣਦੇ ਹਾਂ, ਸੋ ਮੈਨੂੰ ਨਹੀਂ ਲੱਗਦਾ। ਦੂਸਰੀ ਗੱਲ, ਜਿੱਥੋਂ ਤੱਕ ਮੂਸੇਵਾਲੇ ਦਾ ਸੰਬੰਧ ਹੈਗਾ, ਠੀਕ ਹੈ ਲੋਕਤੰਤਰ ਦੇ ਵਿੱਚ ਡੈਮੋਕ੍ਰੇਸੀ 'ਚ ਹਰ ਇੱਕ ਨੂੰ ਅਧਿਕਾਰ ਆ, ਜਿਹੜੀ ਪਾਰਟੀ ਨੂੰ ਚੰਗੀ ਲੱਗਦੀ ਜੁਆਇਨ ਕਰ ਸਕਦਾ ਹੈਗਾ, ਅਤੇ ਪਰ ਉਹ ਕਾਂਗਰਸ ਦੇ ਵਿੱਚ ਨਵਾਂ ਥੋੜ੍ਹਾ ਨਵਜੋਤ ਸਿੰਘ ਸਿੱਧੂ ਨੇ ਖੁਦ ਅੱਜ ਆਖਿਆ ਜੁਆਇਨਿੰਗ ਵੇਲੇ, ਉਹਨਾਂ ਦੀ ਮਾਤਾ ਆਲਰੇਡੀ ਕਾਂਗਰਸ ਤੋਂ ਉੱਥੋਂ ਦੇ ਸਰਪੰਚ ਹੈਗੇ ਆ ਉਸ ਪਿੰਡ ਦੇ। ਸੋ ਇਸ ਕਰਕੇ ਇਹਦੇ ਨਾਲ ਕੋਈ ਬਹੁਤਾ ਫਰਕ ਪੈਣ ਵਾਲਾ ਹੈ ਨਹੀਂ ਹੈ। ਰਾਜਨੀਤੀ 'ਚ ਹੁਣ ਲੋਕ ਜਿਹੜੇ ਸੁਚੇਤ ਹੋ ਗਏ, ਖਾਸ ਕਰਕੇ ਕਿਸਾਨ ਅੰਦੋਲਨ ਤੋਂ ਬਾਅਦ ਰਾਜਨੀਤਿਕ ਤੌਰ ਤੇ ਪੰਜਾਬ ਦੇ ਲੋਕ ਬਹੁਤ ਚੇਤਨ, ਉਹਨਾਂ ਨੂੰ ਪਤਾ ਹੈ ਕੀ ਸਾਡੇ ਫਾਇਦੇ 'ਚ ਹੈ ਕੀ ਸਾਡੇ ਵਿਰੁੱਧ 'ਚ। ਤਾਂ ਮੁੱਖ ਮੰਤਰੀ ਕਹਿੰਦੇ ਨਜ਼ਰ ਆਏ ਨੇ ਕਿ ਨੌਜਵਾਨਾਂ ਨੂੰ ਸੇਧ ਮਿਲੇਗੀ ਜਦੋਂ ਸਿੱਧੂ ਮੂਸੇਵਾਲਾ ਜਿਹੜੀ ਕਿ ਪਾਰਟੀ 'ਚ ਸ਼ਾਮਲ ਹੋ ਰਹੇ, ਕੀ ਲੱਗਦਾ ਸੇਧ ਮਿਲੇ? ਕਿਉਂਕਿ ਗਨ ਕਲਚਰ ਜਿਹੜਾ ਕਿ ਪ੍ਰਮੋਟ ਕਰਦੇ, ਉਹਨਾਂ ਦੇ ਕਾਫੀ ਕੋਚ ਲੱਗ ਰਹੇ ਨੇ, ਤਾਂ ਇੱਕ ਉਹਨਾਂ ਦੇ FIR ਵੀ ਦਰਜ ਹੈ। ਇਹਦੇ ਬਾਰੇ ਤਾਂ ਪੰਜਾਬ ਦੇ ਲੋਕ ਆਪ ਹੀ ਦੱਸ ਦੇਣਗੇ ਤੁਹਾਨੂੰ, ਤੁਸੀਂ ਜਿਸ ਅੰਦਾਜ਼ ਦੇ ਵਿੱਚ ਸਵਾਲ ਪੁੱਛ ਰਹੇ ਹੋ ਤੁਹਾਨੂੰ ਵੀ ਪਤਾ ਕਿਹੜੀ ਸੇਧ ਮਿਲਣੀ ਹੈ ਤੇ ਕਿੰਨੀ ਸੇਧ ਮਿਲਣੀ ਹੈ। ਗੱਲ ਕਰੀਏ ਕੋਈ ਗੱਲ ਬਦਲੀ ਦੀ, ਇੱਕ ਸੀਜ਼ਨ 'ਚ ਚੱਲ ਰਿਹਾ ਮਨਜਿੰਦਰ ਸਿੰਘ ਸਰਸਾ BJP 'ਚ ਚਲੇ ਗਏ ਨੇ, ਤੁਹਾਡੇ MLA ਕਾਂਗਰਸ 'ਚ ਚਲੇ ਗਏ ਨੇ, ਤਾਂ ਦਲ ਬਦਲੀ ਦੇ ਇਸ ਦੌਰ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜਦੋਂ ਇੱਕ ਦੂਜੀਆਂ ਪਾਰਟੀਆਂ ਦੇ ਵਿੱਚ ਫੇਰ ਬਦਲ ਅੱਜ ਪਕੜ ਵੀ BJP ਚਲੇ ਗਏ ਨੇ, ਸਾਬਕਾ DGP ਵੀ ਚਲੇ ਗਏ ਨੇ? ਦੇਖੋ, ਜਦੋਂ ਕਿਸਾਨੀ ਸੰਘਰਸ਼ ਚੱਲ ਰਿਹਾ ਸੀ ਤਾਂ ਉਦੋਂ ਸਿਰਸਾ ਸਾਹਿਬ ਜਿਹੜੇ ਆ ਵੱਡੀ ਵੱਡੀ ਉੱਚੀ ਆਵਾਜ਼ ਦੇ ਵਿੱਚ ਜਿਹੜਾ ਆ ਉਹ ਗੱਲਾਂ ਕਰਦੇ ਸੀ, ਔਰ ਉਹਨਾਂ ਦੀਆਂ ਕਾਫੀ ਵੀਡੀਓ ਵੀ ਵਾਇਰਲ ਹੋ ਰਹੀਆਂ ਜਿਹਦੇ ਵਿੱਚ ਉਹ ਕਹਿ ਰਹੇ ਆ ਕਿ ਮੇਰਾ BJP ਦੇ ਨਾਲ ਕੋਈ ਵੀ ਸਾਂਠ ਗਾਂਠ ਨਹੀਂ ਹੈ ਜਾਂ ਨੇੜੇ ਨਹੀਂ ਹੈ। ਪਰ ਆਪਾਂ ਤਾਂ ਉਹੀ ਗੱਲ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬੰਦੇ ਆ ਉਹ BJP 'ਚ ਸ਼ਾਮਲ ਹੋ ਰਹੇ ਆ ਔਰ BJP ਦੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਰਹੇ ਆ। ਕਹਿਣ ਦਾ ਭਾਵ ਇਹ ਰਲੇ ਮਿਲੇ ਹੋਏ ਨੇ, ਅੱਜ ਤੱਕ ਇਹਨਾਂ ਦਾ ਪਤਾ ਨਹੀਂ ਲੱਗ ਸਕਿਆ ਲੋਕਾਂ ਨੂੰ, ਪਰ ਲੋਕ ਹੁਣ ਗੱਲ ਸਮਝ ਚੁੱਕੇ ਨੇ ਕਿ ਕਿਤੇ ਨਾ ਕਿਤੇ ਜਿਹੜੀ ਇਹ ਪਿਛਲੇ ਪਰਦੇ ਦੇ ਪਿੱਛੇ ਜਿਹੜੀ ਆ ਇਹਨਾਂ ਦੋਨਾਂ ਦੀ ਕੋਈ ਗੱਲ ਆ। ਦੇਖੋ, ਇਲੈਕਸ਼ਨ ਦੇ ਨੇੜੇ ਆ ਕੇ ਸੀਜ਼ਨ ਚੱਲਦਾ ਹੁੰਦਾ, ਉਹਨਾਂ ਦੇ ਆਪਣੇ ਆਪਣੇ ਸਾਰਿਆਂ ਦੇ ਸੁਭਾਅ ਹੁੰਦਾ, ਕਿਸੇ ਦੀ ਜ਼ਰੂਰਤ ਕਿਤੇ ਨਹੀਂ ਪੂਰੀ ਹੁੰਦੀ, ਉਹਨੂੰ ਲੱਗਦਾ ਕਿ ਸ਼ਾਇਦ ਮੈਂ ਦੂਜੇ ਜਾ ਕੇ ਪਾਸੇ ਪੂਰੀ ਹੋ ਜਾਵੇ, ਪਰ ਜਿਹੜਾ ਸੌਣ ਦਾ ਘਾਹ ਸਾਰੇ ਪਾਸੇ ਹਰਾ ਹਰਾ ਹੀ ਹੁੰਦਾ ਹੈ। ਨਹੀਂ, ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਮੈਂ ਦੇਖੋ ਸਪਸ਼ਟ ਤੌਰ 'ਤੇ ਆ ਕਿ ਜੇਕਰ ਕੋਈ ਵਿਅਕਤੀ ਕਿਸੇ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਔਰ ਉਹਨੂੰ ਲੱਗਦਾ ਕਿ ਸ਼ਾਇਦ ਮੈਂ ਦੂਜੀ ਪਾਰਟੀ ਜਾ ਕੇ ਕਿਤੇ ਹੋਰ ਉੱਚੀ ਪਦਵੀ 'ਤੇ ਪਾ ਸਕਦਾ, ਤਾਂ ਉਹ ਜਾ ਸਕਦਾ, ਉਹਦੀ ਆਪਣੀ ਮਰਜ਼ੀ ਆ। ਪਰ ਅੱਜ ਤੱਕ ਕਿਸੇ ਗਏ ਹੋਏ ਨੂੰ ਮੈਂ ਬਹੁਤਾ ਵੱਡਾ ਬਣਿਆ ਦੇਖਿਆ ਨਹੀਂ। ਇਹਦੇ ਲਈ ਕੋਈ ਸਾਇੰਸ ਰੋਕਟ ਦੀ ਲੋੜ ਨਹੀਂ ਹੈ, ਇਹਦੇ ਲਈ ਸਿਰਫ ਇੱਕ ਸਾਫ ਨੀਤੀ ਔਰ ਨੀਤ ਦੀ ਲੋੜ ਹੈ। ਜਦੋਂ ਦਿੱਲੀ ਵਿੱਚ ਅਸੀਂ ਆਏ ਸੀ, ਜਦੋਂ ਅਸੀਂ ਉੱਥੇ ਗੱਲ ਕੀਤੀ ਸੀ ਕਿ ਪਾਣੀ ਹਾਫ ਅਤੇ ਬਿਜਲੀ ਮਾਫ, ਤਾਂ ਇਹੀ ਸਵਾਲ ਉੱਥੇ ਕਾਂਗਰਸ ਨੇ ਕੀਤੇ ਸੀ, ਪਰ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਔਰ ਜਿਹੜਾ 26,000 ਕਰੋੜ ਦਾ ਬਜਟ ਸੀ ਉਹਨੂੰ 70,000 ਕਰੋੜ 'ਤੇ ਲੈ ਕੇ ਗਏ ਹਾਂ। ਇਸੇ ਤਰ੍ਹਾਂ ਜਿਹੜੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਲੀਕੇਜ ਆ ਉਹਨੂੰ ਜੇਕਰ ਬੰਦ ਕਰਤਾ ਜਾਵੇ, ਤਾਂ ਜਿੰਨੀਆਂ ਵੀ ਆਪਾਂ ਗੱਲਾਂ ਕੀਤੀਆਂ ਜਾਂ ਹੋਰ ਕਰਨੀਆਂ ਨੇ, ਉਹ ਬਹੁਤੀ ਵੱਡੀ ਗੱਲ ਨਹੀਂ। ਥੈਂਕ ਯੂ, ਧੰਨਵਾਦ ਸਰ।